ਪਤਾ ਕੀ ਆ ਇਹ ਸਿਸਟਮ ਜਿੰਨਾ ਵੀ ਹੁਣ ਤੱਕ ਜਿਹੜਾ ਨਸਲ ਦਾ ਨੁਕਸਾਨ ਹੋਇਆ ਉਹ ਇਸੇ ਕਰਕੇ ਹੋਇਆ ਮੇਲਿਆਂ ਦਾ ਕਰਕੇ ਤੇ ਇੱਕ ਇਹ ਘੱਟ ਤੋਂ ਘੱਟ ਵੀ 100 ਸਾਲ ਦਾ ਰਵਾ ਉਹਨਾਂ ਕੋਲੇ ਠੀਕ ਹੈ ਜੀ ਇਹਦੀਆਂ ਜਿੰਨੀਆਂ ਝੁੱਟੀਆਂ ਹੋਣਗੀਆਂ ਅਸੀਂ ਕਹਿਣਾ ਵੀ ਹਾਂ ਜੀ ਪੈਸਟਲ ਤਾਂ ਸੇਖ ਖਾਂਦਾ ਹੈ ਠੀਕ ਹੈ ਬਾਈ ਜੀ ਸੇ ਦਾ ਵੀਰੇ ਜਵਾਕਾਂ ਨੂੰ ਪਾਉਣੇ ਔਖੇ ਆ ਚੰਗਾ ਸੇਬ ਲੈਣਾ ਹੋਵੇ 100 ਰੁਪਏ ਕਿਲੋ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਭਰਾ ਸਤਵੰਤਰਨ ਦਾ ਵਚੇਰੇ ਵਾਲੀ ਤੇ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਢੰਡੀਆਂ ਦੇ ਵਿੱਚ ਜਿੱਥੇ ਬਾਈ ਗੋਰਾ ਆਪਣੇ ਨਾਲ ਖੜਾ ਹੈਗਾ ਗੱਲ ਕਰੀਏ ਤਾਂ ਬਾਈ ਦਾ ਨੀਲੀ ਰਾਵੀ ਦੇ ਵਿੱਚ ਕਾਫੀ ਰੁਝਾਨ ਹੈ ਤੇ ਨਾਲ ਹੀ ਇੱਧਰ ਪਿਸਟਲ ਬੁੱਲ ਤੁਸੀਂ ਦੇਖ ਸਕਦੇ ਹੋ ਨਾ ਜਿਹਦੇ ਕਰਕੇ ਬਾਈ ਦਾ ਵੱਡਾ ਨਾਮ ਬਣਿਆ ਹੋਇਆਗਾ ਤੇ ਇਹ ਵੀ ਤੁਹਾਨੂੰ ਪਤਾ ਵੀ ਫਿਰੋਜ਼ਪੁਰ ਹੋ ਗਿਆ ਫਰੀਦਕੋਟ ਹੋ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਨੀਲੀ ਰਾਵੀ ਦਾ ਵੱਡਾ ਨਾਮ ਹੈ ਕਿਉਂਕਿ ਜੇ ਗੱਲ ਕਰੀਏ ਬਾਈ ਨੀਲੀ ਰਾਵੀ ਦੇ ਵਿੱਚ ਇਹਨਾਂ ਜ਼ਿਲ੍ਹਿਆਂ ਦਾ ਪੂਰਾ ਹੋਣਾ ਨਾ ਮੋਰੀ ਬਣੇ ਹੋਏ ਨੇ ਹਾਂਜੀ ਜਿਵੇਂ ਮਾਨਸਾ ਬਠਿੰਡਾ ਹੋ ਗਿਆ ਜਾਂ ਹਰਿਆਣਾ ਹੋ ਗਿਆ ਉਹ ਮੋਰਾ ਦੇ ਵਿੱਚ ਆ ਗਈ ਉਸੇ ਤਰ੍ਹਾਂ ਬਾਕੀ ਗੱਲਬਾਤ ਬਾਈ ਦੇ ਨਾਲ ਕਰਦੇ ਹਾਂ ਸਾਰੇ ਬੱਚਿਆਂ ਦੇ ਬਾਰੇ ਵੀ ਠੀਕ ਬਾਈ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ੍ਰੀ ਅਕਾਲ ਵੀਰ ਜੀ ਬੜੀ ਦੂਰੋਂ ਆਏ ਹੋ ਤੁਸੀਂ ਜੀ ਆਇਆਂ ਕਹਿੰਦੇ ਤੁਹਾਨੂੰ ਤੇ ਬਾਈ ਜੇ ਗੱਲ ਕਰੀਏ ਹਨਾ ਇਧਰ ਕੱਟਾ ਖੜਾ ਹੈਗਾ ਇੱਕ ਹਾਂਜੀ ਇਹਦੇ ਬਾਰੇ ਦੱਸੋ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਪਿਸਟਲ ਬਾਰੇ ਵੀ ਗੱਲਬਾਤ ਕਰਾਂਗੇ ਹਾਂਜੀ ਇਹ ਵੀਰੇ ਇਹਦਾ ਨਾਂ ਰੱਖਿਆ ਆਪਾਂ ਸਮੁੰਦਰ ਸਮੁੰਦਰ ਜੀ ਹਾਂਜੀ ਸਮੁੰਦਰ ਨਾਂ ਰੱਖਿਆ ਦੁੱਧ ਦੁੱਧ ਨੂੰ ਸਮੁੰਦਰ ਕਹਿੰਦੇ ਆ ਹਾਂਜੀ ਤੇ ਇਹਦੀਆਂ ਜੀ ਮਾਂ ਪੱਖ ਦੀਆਂ ਦੋ ਪੀੜ੍ਹੀਆਂ ਦੁੱਧ ਵਾਲੀਆਂ ਜਿਹੜੀਆਂ ਹਜੇ ਮੌਜੂਦ ਆ ਬਾਈ ਰਸਾਲ ਸਿੰਘ ਦਿਓਲ ਦੇ ਘਰੇ ਬਲਟੋਹਾ ਹਾਂਜੀ ਬਲਟੋਹੇ ਪਿੰਡ ਤੋਂ ਰਸਾਲ ਸਿੰਘ ਮਾਇਆ ਮਾਈ ਦਾ ਪੋਤਾ ਜੀ ਇਹ ਠੀਕ ਆ ਬਾਈ ਹਾਂਜੀ ਤੇ 113 ਨੰਬਰ ਇਹਦਾ ਸਰਕਾਰੀ ਸੀਮਨ ਦਾ 113 ਨੰਬਰ ਇਹਦਾ ਪਿਓ ਆ ਦੋ ਬੱਚੇ 113 ਦੇ ਇਹਦੇ ਭੈਣ ਭਰਾ ਜਿਹੜੇ ਬਾਦਲ ਫਾਰਮ ਦੇ ਵਿੱਚ ਮੌਜੂਦ ਆ ਤੇ 113 ਦੀ ਪਹਿਲਣ ਝੋਟੀ ਨੇ 21 ਕਿਲੋ ਦੁੱਧ ਉੱਥੇ ਆਪਣੇ ਯੂਨੀਵਰਸਿਟੀ ਦੇ ਵਿੱਚ ਦੇ ਕੇ ਤੇ ਚਰਚਿਤ ਰਹੀ ਆ ਜੀ ਉਹ ਬਾਈ ਉਮਰ ਕਿੰਨੀ ਹੋ ਗਈ ਇਹਦੀ ਇਹ ਜੀ ਇਸ ਵਕਤ 21 ਮਹੀਨਿਆਂ ਦਾ ਜੀ 21 ਮਹੀਨਿਆਂ ਦੀ ਉਮਰ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਕਈਆਂ ਦੇ ਘਰੇ 21 ਮਹੀਨਿਆਂ ਦੇ ਬੱਚੇ ਖੜੇ ਹੋਣਗੇ ਦੇਖ ਲਿਓ ਤੁਸੀਂ ਝੋਟੀਆਂ ਵੀ ਹੋਣਗੀਆਂ ਤੇ ਵਿੱਚ ਹੀ ਬੜੀਆਂ ਪੰਗਾਂ ਹੁੰਦੀਆਂ ਇਹ ਬਾਈ ਤੁਸੀਂ ਕਾਰਨ ਕੀ ਮੰਨਦੇ ਵੀ ਦੁੱਧ ਘੱਟ ਚੰਗਾਉਂਦੇ ਆ ਜਾਂ ਕੀ ਗੱਲ ਦੇਖੋ ਜੀ ਮੇਨ ਚੀਜ਼ ਤਾਂ ਹੈਗੀ ਜੀ ਦੁੱਧ ਠੀਕ ਆ ਬਾਈ ਹਾਂਜੀ ਦੁੱਧ ਘੱਟ ਆ ਜਦੋਂ ਬੱਚੇ ਨੂੰ ਆਪਾਂ ਦੁੱਧ ਨਹੀਂ ਪ੍ਰੋਪਰ ਛੱਡਦੇ ਤੇ ਉਹ ਗਰੋਥ ਨਹੀਂ ਕਰ ਪਾਉਂਦਾ ਦੂਸਰੀ ਗੱਲ ਆ ਜੀ ਜੇ ਦੁੱਧ ਆਪਾਂ 1 ਮਹੀਨਾ ਦੁੱਧ ਪਿਆ ਕੇ ਬੱਚੇ ਨੂੰ ਫੀਡ ਤੇ ਕਰ ਦਈਏ ਤੇ ਤਾਂ ਵੀ ਬੱਚੇ ਦਾ ਸਰੀਰ ਆ ਜਿਹੜਾ ਨਹੀਂ ਟੁੱਟਦਾ ਠੀਕ ਆ ਬਾਈ ਜੇ ਜੀ ਅਸੀਂ ਆਪਾਂ ਉਹਨੂੰ ਕੁਝ ਪਾਇਆ ਨਾ ਡੀਵਾਰਮਿੰਗ ਨਾ ਕੀਤੀ ਤੇ ਉਹ ਗਰੋਥ ਥੋੜੀ ਨਹੀਂ ਕਰਦਾ ਬਾਕੀ ਗੱਲ ਬਾਈ ਗੋਰੇ ਕਰ ਗਈ ਹੈ ਨਾ ਆਪਾਂ ਤੁਸੀਂ ਦੱਸਿਆ ਵੀ ਸਰਕਾਰੀ ਸੀਮਨ ਦਾ ਬੱਚਾ ਇਹ ਹਾਂਜੀ ਤੁਹਾਡੇ ਕੋਲੇ ਆਪਦੇ ਕੋਲੇ ਵੀ ਚੰਗਾ ਬੁੱਲ ਹੈਗਾ ਹਾਂਜੀ ਤੇ ਤੁਸੀਂ ਬਲਟੋਹੇ ਵਾਲੇ ਅੰਕਲ ਦਾ ਨਾਂ ਲਿਆਗਾ ਉਹਨਾਂ ਦਾ ਵੀ ਵੱਡਾ ਨਾਂ ਹੈਗਾ ਹਾਂਜੀ ਬੁੱਲ ਉਹਨਾਂ ਕੋਲੇ ਵੀ ਤਕੜਾ ਹੈ ਹਾਂਜੀ ਤੇ ਬਾਈ ਕਈ ਲੋਕ ਤਾਂ ਕਹਿੰਦੇ ਵੀ ਸਰਕਾਰੀ ਬੁੱਲਾਂ ਦੇ ਸੀਮਨਾਂ ਦਾ ਫਾਇਦਾ ਹੀ ਨਹੀਂਗਾ ਖਾਸ ਤੌਰ ਤੇ ਜਿਹੜੇ ਬੰਦੇ ਕੋਲੇ ਪ੍ਰਾਈਵੇਟ ਬੁੱਲ ਹੋਵੇ ਬਾਈ ਹਾਂਜੀ ਇਹ ਗੱਲ ਥੋੜੀ ਜਿਹੀ ਸੱਚੀ ਹੈਗੀ ਤੇ ਉਹ ਬੰਦਾ ਜ਼ਰੂਰ ਕਹਿੰਦਾ ਵੀ ਯਾਰ ਸਰਕਾਰੀ ਬੁੱਲ ਦਾ ਕੋਈ ਫਾਇਦਾ ਨਹੀਂਗਾ ਵੀ ਸੀਮਨ ਪ੍ਰਾਈਵੇਟ ਹੀ ਲਵਾਓ ਠੀਕ ਹੈ ਦੇਖੋ ਵੀਰ ਜੀ ਇਸ ਤਰ੍ਹਾਂ ਗੱਲ ਕਿ ਸਰਕਾਰੀ ਵੀ ਬਹੁਤ ਤਰ੍ਹਾਂ ਦੇ ਸਾਨ ਠੀਕ ਹੈ ਜੀ ਠੀਕ ਹੈ ਉਹਨਾਂ ਦੀ ਮਾਰਕਿੰਗ ਜਿਹੜੀ ਠੀਕ ਹੈ ਨਾ ਵੀ ਉਹ ਜਿਵੇਂ ਕਈਆਂ ਦੀ ਮਾਰਕਿੰਗ ਰੋਡਿਆਂ ਵਾਲੀ ਲਾਈਨ ਦੇ ਨਾਲ ਮੈਚ ਕਰਦੀ ਆ ਹਾਂ ਬਾਈ ਠੀਕ ਹੈ ਤੇ ਬੱਚੇ ਜਦੋਂ ਸਹੀ ਨਹੀਂ ਆਉਂਦੇਗੇ ਅਗਲਾ ਕਹਿੰਦਾ ਜੀ ਲਾਈਨ ਮਾਰੀ ਆ ਠੀਕ ਹੈ ਸਰਕਾਰੀ ਸੀਮਨ ਵੀ ਜਿਹੜੇ ਬਹੁਤ ਚੰਗੇ ਚੰਗੇ ਸਾਨ ਸਰਕਾਰ ਕੋਲੇ ਹੈਗੇ ਆ ਠੀਕ ਹੈ ਬਾਈ ਠੀਕ ਹੈ ਜਿਨ੍ਹਾਂ ਦਾ ਪ੍ਰੋਪਰ ਰਿਜ਼ਲਟ ਆਪਣੇ ਇੱਥੇ ਆਪਾਂ ਆਮ ਹੀ ਦੇਖਦੇ ਆ ਠੀਕ ਹੈ ਵੀ ਇਹ ਨਹੀਂਗਾ ਵੀ ਸਰਕਾਰੀ ਸੀਮਨ ਮਾੜਾ ਸਰਕਾਰੀ ਸੀਮਨ ਵੀ ਬਹੁਤ ਵਧੀਆ ਪਰ ਜੇ ਆਪਣੀ ਜਿਹੜੀ ਚੋਣ ਆ ਉਹ ਸਹੀ ਹੋਵੇ ਠੀਕ ਹੈ ਬਾਈ ਮਤਲਬ ਕਿ ਜੇ ਆਪਾਂ ਬਲੱਡ ਲਾਈਨ ਦੇਖੀਏ ਸਾਰਾ ਹਨਾ ਹਾਂਜੀ ਤੇ ਬਾਈ ਇਹਦੀਆਂ ਨਿਸ਼ਾਨੀਆਂ ਦੀ ਗੱਲ ਕਰੀਏ ਮੂਹਰਲੇ ਪੈਰ ਵੀ ਚਿੱਟਿਆ ਜਾਵਾਂ ਜਿੰਨੀ ਕੁ ਲੋੜ ਹੁੰਦੀ ਹੈ ਪਿਛਲੇ ਵੀ ਚਿੱਟਿਆ ਹਨਾ ਤੇ ਨਾਲ ਹੀ ਤੁਸੀਂ ਸਾਨੂੰ ਨੀਲੀ ਰਾਵੀ ਦੇ ਸਾਰੇ ਦੱਸੋ ਵੀ ਆਹ ਗੱਲਾਂ ਦਾ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਤੁਸੀਂ ਇਹ ਚੀਜ਼ ਦੀ ਤੁਹਾਡੀ ਏਰੀਆ ਜਿਹੜਾ ਗਾੜਾ ਹੈ ਇੱਕ ਤਰ੍ਹਾਂ ਦਾ ਨੀਲੀ ਦੇਖੋ ਵੀਰੇ ਗੱਲ ਆ ਗਈ ਨਿਸ਼ਾਨੀਆਂ ਦੀ ਗੱਲ ਆ ਗਈ ਜੀ ਇਹ ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਹੈਗਾ ਵੀ ਹਾਂਜੀ ਸਾਰਾ ਕੁਛ ਇਹਦਾ ਪ੍ਰੋਪਰ ਹੈਗਾ ਠੀਕ ਹੈ ਮੈਂ ਜੇ ਸਹੀ ਮੇਰੇ ਆਪਦੇ ਤੁਸੀਂ ਮਨ ਦੀ ਪੁੱਛੋ ਤੇ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਠੀਕ ਹੈ ਮੈਂ ਇਸ ਚੀਜ਼ ਨੂੰ ਮੰਨਦਾ ਵੀ ਜਿਹਦਾ ਕੱਦ ਬਾਡੀ ਨੀਲੀ ਵਾਲਾ ਠੀਕ ਹੈ ਬਾਈ ਜੀ ਜਿਹਦਾ ਬਾਡੀ ਢਾਂਚਾ ਬੇਸ਼ੱਕ ਉਹ ਕਾਲੀ ਆ ਪਰ ਉਹਦਾ ਬਾਡੀ ਢਾਂਚਾ ਜਿਹੜਾ ਲੱਤਾਂ ਛੋਟੀਆਂ ਵੱਡਾ ਪੇਟ ਆ ਠੀਕ ਆ ਲੰਮਾ ਸਮਾਂ ਮਿਲਦੀ ਆ ਬਾਡੀ ਢਾਂਚਾ ਉਹਦਾ ਨੀਲੀ ਰਾਵੀ ਵਾਲਾ ਠੀਕ ਹੈ ਬਾਈ ਠੀਕ ਹੈ ਮੈਂ ਉਹ ਕਹਿੰਦਾ ਵੀ ਉਹ ਨੀਲੀ ਰਾਵੀ ਆ ਇਹ ਤਾਂ ਜੀ ਇੱਕ ਜਦੋਂ ਹੁਣ ਕਈ ਬੰਦਿਆਂ ਨੂੰ ਆਪਾਂ ਸਮਝਾ ਹੀ ਨਹੀਂ ਸਕਦੇ ਉਹ ਕਹਿੰਦਾ ਜੀ ਇਹਦੇ ਮੂਹਰਲੇ ਪੈਰ ਨਹੀਂ ਆਏ ਇਹਦੇ ਧੁਨ ਤੇ ਦਾਗ ਨਹੀਂ ਆਇਆ ਵੀ ਇਹ ਨੀਲੀ ਰਾਵੀ ਹੈ ਨਹੀਂ ਮੈਂ ਉਹਨਾਂ ਵੀ ਦਾ ਇਹ ਬਸ ਜੀ ਇੱਕ ਉਹ ਚੀਜ਼ ਵੀ ਨਿਸ਼ਾਨੀਆਂ ਪੂਰੀਆਂ ਤਾਂ ਕਰਕੇ ਰੱਖਣਾ ਪੈਂਦਾ ਵੀ ਯਾਰ ਕੋਈ ਕਵੇ ਨਾ ਠੀਕ ਆ ਬਾਈ ਹਾਂਜੀ ਬਹੁਤ ਵਧੀਆ ਗੱਲ ਕਰੀ ਆ ਬਾਈ ਤੁਸੀਂ ਸਹੀ ਦੱਸਿਆ ਹਨਾ ਤੇ ਨਾਲ ਹੀ ਬਾਈ ਇਹਨੇ ਅੱਖਾਂ ਆਪਾਂ ਇਧਰ ਨੂੰ ਕਰ ਲਓ ਦਿਖਾ ਦਿੰਦੇ ਆ ਵੀਡੀਓ ਚ ਜਾਂ ਮੈਂ ਗਾਹਾਂ ਨੂੰ ਹੋ ਜਾਣਾ ਦੋਨੇ ਸਾਈਡਾਂ ਤੋਂ ਦੇਖ ਸਕਦੇ ਹੋ ਸਾਰੇ ਵੀਰ ਤੇ ਸਿੰਘਾਂ ਦੀ ਬਣਤਰ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਤੇ ਗੁਰੂ ਬਾਈ ਨਾਲ ਨਾਲ ਇਹ ਵੀ ਦੱਸੋ ਵੀ ਤੁਹਾਨੂੰ ਇਹ ਸ਼ੌਂਕ ਕਿਵੇਂ ਪਿਆ ਸੀ ਜਿਹੜਾ ਮੱਝਾਂ ਦਾ ਪਿਆਗਾ ਨਾ ਨੀਲੀ ਰਾਵੀ ਦਾ ਹਾਂਜੀ
देखो जी मेरे को मैनू इस लैंड दे विच आए नू तकरीबन 11 साल हो गए है। ठीक है भाई 11 साल हो गए है ते उस तो पहला घरे मझां हैगियां सी पर उदों इन्हां दी नॉलेज है नहीं सी। ठीक है भाई इन्हां दा जेड़ा भी इन्हां दा पता ही नहीं सीगा कि मेरे कोले एडी चंगी ब्रीड है। ठीक है भाई भी इन्ने चंगियां उस चीज़ का पता नहीं सीगा ते मैं मैनू हुण भी जदों इस चीज़ का पता लग्या भी अपनी ये चीज़ भी बड़ी चंगी है भी हरियाणा जेड़ा हरियाणे कोले मोहर है ते अपनी नसल इहनू संभालिया जावे उस तो बाद फिर इन्हां वाले पासे आ। ठीक है भाई ते भाई तुसी जिवें दस्या ना भी सानू ये चीज़ बारे पहला पता नहीं सी। होर भी पता जिवें कि जी ओ चीज़ जिवें अज जिहड़ा शौक है ये शौक नहीं सीगा भी एक लोड दे हिसाब नाल रखे हुए सी जी चलो दुध वास्ते रखिया सी जिहड़ा सान मर्जी आया ओह तो लवा दियां भी ओ चीज़ सी भाई दुध पैदा करन वास्ते ते जां ओहदे घरे पीण नूं रखिया सी पर आह शौक नहीं सी हैगा भी शौक तौर ते नहीं संभाल लिया ते जे आपां भाई होर भी कहीए ना स्पष्ट भी ये भी नहीं पता सी भी ये चीज़ च कमाई असल किवें हुंदी आ ਤੇ ਨਾਲ ਹੀ ਆਪਾਂ ਅਗਲੀ ਮੱਝ ਕਨੀ ਚੱਲ ਗਏ ਬਾਈ ਤੇ ਬਾਅਦ ਚ ਇੱਧਰ ਖੜਾ ਗਾ ਪਿਸਟਲ ਦੀ ਵੀ ਗੱਲ ਕਰਾਂਗੇ ਜ਼ਰੂਰ ਬਾਈ ਜਿਹੜੇ ਦਾ ਵੱਡਾ ਨਾਂ ਗਾ ਬਾਈ ਨੂੰ ਚਰਚਾ ਚ ਲਿਆਂਦਾ ਜਿਹੜੇ ਬੋਲਣੀ ਇਹਦੇ ਬਾਰੇ ਦੱਸੋ ਜੀ ਕਿੰਨਵੇਂ ਸੂਏ ਆਗੀ ਮੱਝ ਇਹ ਜੀ ਤੀਸਰਾ ਸੂਆ ਸੂਈ ਆ। ਠੀਕ ਹੈ ਜੀ ਹਾਂ ਜੀ ਹੁਣ ਚੌਥੇ ਸੂਏ ਵਾਸਤੇ ਫਿਰ ਦੁਬਾਰਾ ਇਹ ਪਿਸਟਲ ਤੋਂ ਗੱਬਣਾ ਤੇ ਕਿੰਨੇ ਚਿਰ ਦੀ ਗੱਬਣਾ ਜੀ ਇਹ ਜੀ ਹੁਣ ਤਕਰੀਬਨ 8 ਮਹੀਨਿਆਂ ਦੀ ਗੱਬਣਾ ਜੀ ਤੇ ਇਹ ਘਰ ਦੀ ਆ ਜਾਂ ਬਾਈ ਜੀ ਮੁੱਲ ਲਿਆਂਦੀ ਜੀ ਇਹ ਮੁੱਲ ਲਈ ਸੀ ਆਪਾਂ ਇਹ ਵੀ ਰਸਾਲ ਸਿੰਘ ਦਿਓਲ ਤੋਂ ਲਈ ਸੀਗੀ ਤੇ ਇਹ ਉਹਨਾਂ ਤੋਂ ਲਈ ਵੀ ਹੈ ਜੀ ਇਹਨੇ ਮੇਰੇ ਕੋਲੇ ਤੀਜਾ ਸੂਆ ਮੇਰੇ ਕੋਲੇ ਹੋ ਇਹਦੇ ਦੁੱਧ ਦਾ ਰਿਕਾਰਡ ਦੱਸੋ ਬਾਈ ਜੀ 16 ਕਿਲੋ ਦੁੱਧ ਦੂਜੇ ਸੂਏ ਵੀ 16 ਸੀ ਤੀਜੇ ਵੀ 16 ਸੀ ਵੀ ਆਪ ਕੀਤਾ ਨਹੀਂ ਇਹਨੇ। ਠੀਕ ਹੈ ਜੀ ਕਈ ਵਾਰ ਪਸ਼ੂ ਦੇ ਸੂਏ ਦੇ ਵਿੱਚ ਹੁੰਦਾ ਵੀ ਪਸ਼ੂ ਨਹੀਂ ਦੁੱਧ ਆਪ ਕਰਦਾ। ਠੀਕ ਹੈ ਬਾਈ ਇਹ ਦੁੱਧ ਕਈ ਵਾਰ ਆਪਾਂ ਵਹਿਣੇ ਵੀ ਜੇ ਪਿਛੇ ਪਹਿਲੇ ਸੂਏ 12 ਦਿੱਤਾ ਦੂਜੇ ਵੀ 12 ਦੇਦੀ ਆ ਤੀਜੇ ਤੇ ਵੱਧ ਜਾਂਦਾ ਕਈ ਵਾਰ ਤੀਜੇ ਨਾਲੋਂ ਪਸ਼ੂ ਘਟਾ ਜਾਂਦਾ। ਠੀਕ ਹੈ ਬਾਈ ਸੂਏ ਸੂਏ ਦਾ ਦੁੱਧ ਹੁੰਦਾ ਤੇ ਭਾਈ ਇੱਕ ਗੱਲ ਹੋਰ ਮੈਂ ਪੁੱਛਣੀ ਸੀ ਅੱਜ ਕੱਲ ਤਾਂ ਨਾ ਜੇ ਕਿਸੇ ਫਾਰਮਾ ਕੋਲ ਵਗ ਜੀਏ ਜਾਂ ਕਿਸੇ ਵੀ ਬੰਦੇ ਬਰੀਡਰ ਕੋਲੇ ਵਗ ਜੀਏ ਉਹ 18 20 ਕਿਲੋ ਤੋਂ ਥੱਲੇ ਡੇਗਦੇ ਹੀ ਨਹੀਂਗਾ ਪਰ ਤੁਸੀਂ ਸੱਚੀ ਜੀ ਗੱਲ ਦੱਸੀ ਹੈ ਹਨਾ। ਇੱਕ ਵੀਰੇ ਪਤਾ ਕੀ ਆ ਇਹ ਸਿਸਟਮ ਜਿੰਨਾ ਵੀ ਹੁਣ ਤੱਕ ਜਿਹੜਾ ਨਸਲ ਦਾ ਨੁਕਸਾਨ ਹੋਇਆ ਉਹ ਇਸੇ ਕਰਕੇ ਹੋਇਆ ਮੇਲਿਆਂ ਦਾ ਕਰਕੇ ਤੇ ਇੱਕ ਆਹ ਜਿਹੜਾ ਆਪਾਂ ਝੂਠ ਮਾਰ ਕੇ ਸਾਨ ਆਪਾਂ ਕਹਤਾ ਜੀ ਹਾਂਜੀ ਦੀ ਮਾਂ ਦਾ 20 ਕਿਲੋ ਦੁੱਧ ਹੈ। ਹਾਂ ਬਾਈ ਠੀਕ ਹੈ ਉਹ ਇੱਕ ਗੱਲਾਂ ਦੇ ਵਿੱਚ ਹੀ 20 ਕਿਲੋ ਰਹਿ ਗਿਆ ਇਸੇ ਕਰਕੇ ਨਸਲ ਦਾ ਸੁਧਰੀ ਨਹੀਂ। ਠੀਕ ਹੈ ਬਾਈ ਹਾਂਜੀ ਤੇ ਬਾਈ ਨਾਲ ਹੀ ਆਪਾਂ ਗੱਲ ਕਰੀਏ ਅਗਲੀ ਝੋਟੀ ਤੇ ਚੱਲ ਗਏ ਮੁਰਾ ਦੀ ਖੜੀ ਹੈਗੀ ਹਾਂਜੀ ਤੇ ਇਹ ਕਿੰਨਵੇਂ ਸੂਏ ਹੈਗੀ ਇਹ ਤੀਜਾ ਸੂਆ ਸੂਈ ਵੀ ਹੈ। ਠੀਕ ਹੈ ਜੀ ਹਾਂਜੀ ਤੀਜਾ ਸੂਆ ਸੂਬੀ ਆ ਤੇ ਇਹਦੇ ਮਗਰ ABC ਵੀਰਾਂ ਵਾਲੀ ਵਾਲੇ ਸ਼ੇਰੂ ਬੋਲ ਦੀ ਕੱਟੀ ਆ। ਠੀਕ ਆ ਬਾਈ ਤੇ ਦੁਬਾਰਾ ਫੇਰ ਹੁਣ ਇਹਨੂੰ ਸੀਵਨ ਫੇਰ ਅਭਿਮਨਿਊ ਦਾ ਲੱਗਾ ABC ਦਾ ਅਭਿਮਨਿਊ ਦਾ ਕਾਫੀ ਵੱਡਾ ਨਾਮ ਬਾਈ ਹਨਾ ਇਹਨੂੰ 1.5 ਮਹੀਨਾ ਹੋਇਆ ਸੂਈ ਨੂੰ ਤੇ ਫੇਰ ਇਹਨੂੰ ਤਕਰੀਬਨ 15 ਦਿਨ ਇਹਨੂੰ ਫੇਰ ਸੀਵਨ ਲੱਗੇ ਨੂੰ। ਠੀਕ ਆ ਬਾਈ ਤੇ ਕਿੰਨਾ ਚਿਰ ਦੁੱਧ ਦਿੰਦੀ ਆ ਬਾਈ ਸੂਣ ਤੋਂ ਬਾਅਦ ਆਪ ਛੱਡੀ ਦੀ ਇਹ ਆਪ ਛੱਡੀ ਆਪ ਛੱਡਣੀ ਆ ਐਸੀ ਵੀ ਇਹ ਦੁੱਧ ਘੱਟ ਸੀਗਾ ਘਰੇ ਲੋੜ ਸੀ ਤੇ ਸਾਰੀ 1.5 ਮਹੀਨਾ ਪਹਿਲਾਂ ਛੱਡੀ ਤੇ ਆਪਣੀ ਅਗ ਉਧਰਲੀ ਮੈਂਸ ਕੜੀ ਨੀ ਲੀਰਾ ਵੀ ਝੋਟੀ ਜਿਹੜੀ ਇਹਨੂੰ ਵੀ ਛੱਡੀ ਨੂੰ ਤਕਰੀਬਨ 15 20 ਦਿਨ ਹੋ ਗਏ ਆ ਤੇ ਇਹ ਵੀ ਆਪ ਛੱਡੀ ਆ ਇੱਕ ਟਾਈਮ ਕਰਕੇ ਛੱਡੀ ਆ ਵੀ ਗਾਂ ਮੇਲਾ ਆ ਗਿਆ ਹਾਂ ਬਾਈ ਤੇ ਆਸਤੇ ਵੀ ਥੋੜੀ ਜੀ ਸਿਹਤ ਬਣ ਜੇ ਤੇ ਵੀ ਮੇਲੇ 'ਚ ਪਾਉਣੀ ਹੈਗੀ ਆਪਾਂ ਹਾਂਜੀ ਮੇਲੇ ਆਸਤੇ ਲੈ ਕੇ ਚੱਲਾਂਗੇ ਪਰ ਵੀ ਲੈ ਕੇ ਗਏ ਸੀਗੇ ਤੇ ਐਸੀ ਗਾਂ ਇਹਨੂੰ ਫੇਰ ਲੈ ਕੇ ਕਿਉਂਕਿ ਜਿਹੜਾ ਇਸ ਮੱਝ ਨੂੰ ਲੇਵਾ ਲੱਗਾ ਹਾਂਜੀ ਉਹ ਪੰਜਾਬ ਦੇ ਵਿੱਚ ਵਿਰਲੀਆਂ ਮੱਝਾਂ ਨੂੰ ਲੇਵਾ ਹੋਊਗਾ ਜਿਹੜਾ ਇਸ ਮੱਝ ਦਾ ਲੇਵਾ ਜਿੰਨੇ ਹੀ ਇਹ ਤਿਆਰ ਹੁੰਦੀ ਆ ਹਾਂਜੀ ਸੋਹਣਾ ਲੇਵਾ ਬਣਾਉਂਦੀ ਆ। ਠੀਕ ਹੈ ਜਿਹੜਾ ਇਹਨੂੰ ਲੇਵਾ ਲੱਗਾ ਬਹੁਤ ਘੱਟ ਮੱਝਾਂ ਨੂੰ ਲੇਵਾ ਮਤਲਬ ਕਿ ਜਦੋਂ ਤਿਆਰ ਹੋ ਗਈ ਉਦੋਂ ਪੂਰਾ ਗੱਲਬਾਤ ਹੁੰਦੀ ਆ ਹਾਂਜੀ ਬਹੁਤ ਜ਼ਿਆਦਾ ਸੋਹਣੀ ਤਿਆਰ ਹੁੰਦੀ ਆ ਇਸੇ ਕਰਕੇ ਨੂੰ ਮੇਲੇ ਦੇ ਵਿੱਚ ਆਪਾਂ ਲੈ ਕੇ ਚੱਲਦੇ। ਠੀਕ ਹੈ ਜੀ ਤੇ ਬਾਈ ਨੀਲੀ ਰਾਵੀ ਦਾ ਸ਼ੌਂਕ ਹੈ ਵਿੱਚ ਫਿਰ ਮੁਰਾ ਕਿਵੇਂ ਆਗੀ ਆਪਣੇ ਕੋਲੇ ਮੁਰਾ ਜੀ ਇਹ ਘਰ ਦੀ ਨਸਲ ਆ। ਠੀਕ ਹੈ ਜੀ ਤੇ ਉਹ ਜਿਵੇਂ ਵੀ ਇਹ ਹੁਣ ਤੁਹਾਨੂੰ ਕੀ ਆਖਾਂ ਵੀ ਇਹ ਮਾਤਾ ਦੇ ਪੇਕਿਆਂ ਦੀ ਨਸਲ ਆ। ਠੀਕ ਹੈ ਹਾਂਜੀ ਇਹ ਮਾਤਾ ਨੂੰ ਜੀ ਜਾਨੀ ਕਿ ਸਾਡੇ ਮਾਮਿਆਂ ਨੇ ਦਿੱਤੀ ਸੀ ਕਿ ਨਸਲ। ਠੀਕ ਹੈ ਜੀ ਉਹ ਗਾਂ ਪੀੜੀ ਸਾਡੇ ਕੋਲੇ ਚਲੀ ਜਾਂਦੀ ਆ ਤੇ ਨਾਨਕਿਆ ਤੋਂ ਮੱਝ ਆਈ ਆ ਬਾਈ ਦੇ ਨਾਨਕਿਆ ਤੋਂ ਜਿਹੜੀ ਇਹਦੀ ਮਾਂ ਉਹ ਨਾਨਕਿਆ ਤੋਂ ਆਈ ਸੀ। ਠੀਕ ਹੈ ਕਰਕੇ ਵੀ ਇਹ ਨਾ ਮਾਤਾ ਵੇਚਣ ਦਿੰਦੀ ਆ ਠੀਕ ਹੈ ਆਪਾਂ ਵੇਚਣੀ ਆ। ਠੀਕ ਹੈ ਬਾਈ ਕਿਹੜੇ ਪਿੰਡੋਂ ਆਈ ਸੀ ਬਾਈ ਬਲੱਡ ਲੈਣੇ ਰਾਜ ਭੱਟੇ ਕੋਲੇ ਪਿੰਡ ਤਰਾਜੇ ਤਰਾਜ ਮੇਰੇ ਨਾਲ। ਠੀਕ ਹੈ ਬਾਈ ਹਾਂਜੀ ਉੱਥੋਂ ਆਈ ਵੀ ਸੀ ਇਹ ਘੱਟ ਤੋਂ ਘੱਟ ਵੀ 100 ਸਾਲ ਦਾ ਰਵਾ ਉਹਨਾਂ ਕੋਲੇ। ਠੀਕ ਹੈ ਜੀ ਇਹਦੀਆਂ ਜਿੰਨੀਆਂ ਝੋਟੀਆਂ ਹੋਣਗੀਆਂ ਅਸੀਂ ਆਪਦੀ ਲੈਣ ਦੇ ਵਿੱਚ ਜਿੰਨੀਆਂ ਵੀ ਦਿੱਤੀਆਂ ਆਪ ਵੀ ਰਿਸ਼ਤੇਦਾਰਾਂ ਨੂੰ ਦਿੱਤੀਆਂ ਲਿਹਾਜ਼ ਵਾਲੇ ਬੰਦਿਆਂ ਨੂੰ ਦਿੱਤੀਆਂ ਤੇ ਕਿਸੇ ਨੇ ਲੰਭਾ ਨਹੀਂ ਦਿੱਤਾ ਵੀ ਜਾਂ ਵੀ ਕੋਈ ਮਿਲਦੀ ਨਹੀਂ ਜਾਂ ਕੋਈ ਖਰਾਬ ਕਰਦੀ ਆ ਇਸ ਲੈਣ ਦੇ ਵਿੱਚ ਇਹ ਆ ਜੀ ਸੂਕੇ 1 ਮਹੀਨੇ ਦੇ ਵਿੱਚ ਇਹਨਾਂ ਨੇ ਦੁਬਾਰਾ ਲੀਕ ਕਰ। ਠੀਕ ਹੈ ਬਾਈ ਤੇ ਕਿੰਨੇ ਕ ਦੁੱਧ ਦਾ ਰਿਕਾਰਡ ਹੈ ਬਾਈ ਇਹਦਾ? ਇਹ 16 ਕਿਲੋ ਦੁੱਧ ਇਹਦੇ ਥੱਲੇ ਹੈਗਾ ਆਪ ਹੈਗੀ ਯੁਵਰਾਜ। ਠੀਕ ਹੈ ਬਾਈ ਹਾਂ ਤੇ ਦੋਸਤੋ ਇਹ ਵੀ ਬਾਈ ਨੇ ਦੱਸਿਆ ਹਨਾ ਵੀ ਯੁਵਰਾਜ ਦਾ ਕਾਫੀ ਵੱਡਾ ਨਾਮ ਸੀ ਸਾਰਿਆਂ ਨੂੰ ਪਤਾ ਜੇ ਝੋਟਿਆਂ ਦੇ ਵਿੱਚ ਪਹਿਲੀਆਂ ਦੇ ਵਿੱਚ ਨਾਮ ਬਣਿਆ ਸੀ ਖਲੀ ਹੋ ਗਿਆ ਯੁਵਰਾਜ ਹੋ ਗਿਆ
ਇਹ ਝੋਟੇ ਬੜੇ ਮਸ਼ਹੂਰ ਸੀਗੇ ਮੋਹਰਾ ਦੇ ਵਿੱਚ ਤੇ ਉਹਨਾਂ ਦੇ ਵਿੱਚ ਅੱਜ ਜਵਰਾਜ ਦੀ ਝੋਟੀ ਲੋਕੀ ਕਹਿੰਦੇ ਵੀ ਜਵਰਾਜ ਦੀਆਂ ਝੋਟੀਆਂ ਦੁੱਧ ਨਹੀਂ ਦਿੰਦੀਆਂ ਹਾਂ ਬਾਈ ਗੱਲ ਥੋੜੀ ਜਿਹੀ ਸੱਚੀ ਲੱਗੀ ਸੀ ਜਦੋਂ ਇਹ ਪਹਿਲਾ ਸੂਆ ਸੂਈ ਤੇ ਇਹਨੇ 9 ਕਿਲੋ ਦੁੱਧ ਦਿੱਤਾ ਸੀ ਠੀਕ ਹੈ ਬਾਈ ਬਹੁਤ ਤਕੜਾ ਵਜੂਦ ਸੀਗਾ ਤੇ 9 ਕਿਲੋ ਦੁੱਧ ਤੇ ਉਦੋਂ ਆਖਿਆ ਵੀ ਯਾਰ ਦੁੱਧ ਥੋੜਾ ਹੈ ਲੋਕਾਂ ਨੇ ਗੱਲਾਂ ਸੱਚੀਆਂ ਹੋ ਗਈ ਗੱਲ ਸੱਚੀ ਹੈ ਪਰ ਬੜਾ ਲੰਮਾ ਸਮਾਂ ਮਿਲੀ ਆ ਆਪ ਛੱਡੀ ਆ ਤੇ ਦੂਜੇ ਸੂਏ ਨੇ ਬਹੁਤ ਸੋਹਣਾ ਅਪ ਕੀਤਾ ਠੀਕ ਹੈ ਬਾਈ ਤੇ ਤੀਜੇ ਸੂਏ ਵੀ ਜਾਨੇ ਕਿ ਬਹੁਤ ਚੰਗਾ ਦੁੱਧ ਦੇ ਰਹੀ ਆ ਤੇ ਉਹ ਥੋੜੇ ਜਿਹੇ ਗੱਲਾਂ ਮੈਨੂੰ ਇਹਦੇ ਚ ਹੁਣ ਉਹ ਗਲਤ ਲੱਗੀਆਂ ਵੀ ਜਿਹੜੇ ਲੋਕੀ ਥੋੜਾ ਜਿਹਾ ਨੀਲੀ ਰਾਵੀ ਆਪਣੀ ਤੇ ਇਹਦੇ ਬਾਰੇ ਜ਼ਰੂਰ ਦੱਸੋ ਝੋਟੀ ਹੁਣ ਦੂਜਾ ਸੂਆ ਸੂਈ ਵੀ ਆ ਠੀਕ ਹੈ ਬਾਈ ਬੱਚਾ ਵੀ 6 ਦਿਨ ਦੀ ਇਹ ਸੂਈ ਬੱਚਾ ਕਿਹੜੇ ਬੋਲਦਾ ਬਾਈ ਇਹ ਜੀ ਆਪਾਂ ਲਈ ਸੀ ਤੇ ਆਪਾਂ ਨੂੰ ਡਾਇਮੰਡ ਦਾ ਕਹਿ ਕੇ ਦੱਸਿਆ ਠੀਕ ਹੈ ਬਾਈ ਜੀ ਆਪਣੇ ਘਰੇ ਆ ਤੇ ਮੈਂ ਕਹਿ ਰਿਹਾ ਜੀ ਆਪਣੇ ਪੈਸਟਾਂ ਦਾ ਉਹ ਕੰਮ ਨਾ ਕਿਤੇ ਜ਼ਿੰਦਗੀ ਚ ਕੀਤਾ ਨਾ ਕਰਨਾ ਬਾਈ ਤੁਹਾਡੇ ਨਾਲ ਹਾਂਜੀ ਇਹਦੇ ਕਿਹੜਾ ਕੋਈ ਹੁਣ ਮੱਥੇ ਤੇ ਲਿਖਿਆ ਵਾ ਵੀ ਇਹ ਕਿਹੜੇ ਦਾ ਤੇ ਆਪਾਂ ਕਹਿ ਹੀ ਦੇਣਾ ਤੇ ਇਹ ਜਿਹੜਾ ਆਪਾਂ ਉਹਨਾਂ ਨੇ ਆਖਿਆ ਆਪਾਂ ਉਹੀ ਆਖਾਂਗੇ ਵੀ ਡਾਇਮੰਡ ਦਾ ਆਪਾਂ ਨੂੰ ਮੱਝ ਕਹਿ ਕੇ ਗੱਬਨ ਦਿੱਤੀ ਸੀ ਠੀਕ ਹੈ ਬਾਈ ਹਾਂਜੀ ਤੇ ਆਈ ਜਾਣੀ ਕਿ ਘਰੋਂ ਹੀ ਆਈ ਵੀ ਆ ਗਰਪੇਜ ਮੁੱਦਗੀ ਤੋਂ ਠੀਕ ਹੈ ਬਾਈ ਖਾਸ ਦੋਸਤ ਆ ਉਹਦੇ ਕੋਲੋਂ ਆਈ ਦੋਸਤੋ ਗੱਲ ਦੱਸਾਂ ਨਾ ਬਾਈ ਨਾਲ ਫੋਨ ਤੇ ਗੱਲ ਹੋਈ ਸੀ ਤੇ ਵਧੀਆ ਲੱਗਿਆ ਵੀ ਗੱਲਾਂ ਤੋਂ ਪਤਾ ਲੱਗਿਆ ਬਾਈ ਨੇ ਕਦੇ ਆਪਦੇ ਬੁੱਲ ਨੂੰ ਵੀ ਬਹੁਤਾ ਨਹੀਂ ਸਲਾਇਆ ਤੇ ਦੂਜਿਆਂ ਦੇ ਨੂੰ ਵੀ ਨਹੀਂ ਨਿੰਦਿਆ ਗੱਲ ਜਿੰਨੀ ਕੁ ਹੁੰਦੀ ਹੈ ਖਰੀ ਜੀ ਬਾਈ ਕਰਦਾ ਤਾਂ ਹੀ ਇਹ ਲੱਗਿਆ ਵੀ ਬਾਈ ਨਾਲ ਗੱਲਬਾਤ ਕਰਨੀ ਜ਼ਰੂਰੀ ਸਮਝੀ ਤੇ ਬਾਈ ਜਿਹੜੀ ਆਪਾਂ ਅਗਲੇ ਅੱਗੇ ਖੜੀ ਆ ਨਾ ਝੋਟੀ ਇਹਦੇ ਬਾਰੇ ਗੱਲ ਕਰੀਏ ਆਪਾਂ ਹਾਂਜੀ ਇਹ ਆਪਣੇ ਘਰ ਦੇ ਬੋਲਦੀ ਆ ਜੀ ਠੀਕ ਆ ਬਾਈ ਆਪਣੇ ਕੋਲੇ ਪਹਿਲਾਂ ਬੋਲ ਸੀਗਾ ਤੇ ਪੱਪੂ ਸੰਧੂ ਦੀ ਲੈਣ ਚੋਂ ਸੀਗਾ ਠੀਕ ਆ ਬਾਈ ਹਾਂਜੀ ਇਹ ਉਸ ਬੋਲ ਦੀ ਧੀ ਆ ਜੀ ਤੇ ਮਤਲਬ ਕਿ ਕਾਲੀ ਮੱਝ ਦੀ ਧੀ ਆ ਗਈ ਤਾਂ ਹੀ ਕਾਲੀ ਸੀਗੀ ਤੇ ਕਾਲੀ ਮੱਝ ਫਿਰ ਘਰੇ ਸਾਂਝ ਸੀਗਾ ਤੇ ਫਿਰ ਨਾ ਤਾਂ ਉਦੋਂ ਫਿਰ ਜੇ ਤਾਂ ਸਿਸਟਮ ਵਾਲਾ ਕਹਿੰਦਾ ਲਵਾ ਦਿਓ ਹਾਂਜੀ ਹਾਂਜੀ ਲੱਗੀ ਵੀ ਇਸ ਵਕਤ 2 ਦਿਨ ਦਾ ਤੇ 1 ਮਹੀਨੇ ਦੀ ਇਹ ਬਣੀ ਠੀਕ ਆ ਬਾਈ ਤੇ ਆਪਾਂ ਬਾਈ ਹੁਣ ਆਪਣੇ ਮੇਨ ਬੁੱਲ ਆ ਜਿਹੜਾ ਹਨਾ ਉਹਦੇ ਵੱਲ ਚੱਲ ਗਏ ਇੱਕ ਪਰੇ ਵੀ ਖੜੀ ਆ ਬਾਈ ਝੋਟੀ ਜੇ ਗੱਲ ਕਰੀਏ ਕੱਟੀ ਹੈਗੀ ਕਿੰਨੀ ਉਮਰ ਹੋ ਗਈ ਬਾਈ ਉਹਦੀ ਇਹ ਜੀ ਦਸੰਬਰ ਦੇ ਵਿੱਚ 1 ਸਾਲ ਦੀ ਹੋਣੀ ਹੈ 1 ਸਾਲ ਦੀ ਹੋਣੀ ਹੈ ਦਸੰਬਰ ਦੇ ਵਿੱਚ ਦਸੰਬਰ ਦੇ ਵਿੱਚ 1 ਸਾਲ ਦੀ ਹੋਣੀ ਹੈ ਇਹ ਪਿਸਟਲ ਦੀ ਆ ਠੀਕ ਆ ਬਾਈ ਲਓ ਵੀ ਦੋਸਤੋ ਪਿਸਟਲ ਦੀ ਤੁਸੀਂ ਧੀ ਵੀ ਦੇਖ ਸਕਦੇ 1 ਸਾਲ ਦੀ ਤੇ ਅੱਖਾਂ ਅੱਖਾਂ ਪੂਰੀਆਂ ਹੋ ਹਨਾ ਤੇ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਜ਼ਿਆਦਾ ਠੰਡੀ ਆ ਠੀਕ ਆ ਬਾਈ ਜਿਵੇਂ ਮਰਜ਼ੀ ਨੂੰ ਲਈ ਫਿਰ ਉਹ ਖੋਲ ਕੇ ਤੇ ਹੁਣ ਇਹਨੇ ਪੈਰ ਨਹੀਂ ਹਿਲਾਉਣਾ ਬਿਲਕੁਲ ਵੀ ਐ ਤੁਸੀਂ ਇਹਨੂੰ ਲੱਗੇ ਰਹੋ ਤੇ ਵੀ ਇਹ ਬਹੁਤ ਜ਼ਿਆਦੀ ਸ਼ਾਂਤ ਨਰਵਾਈ ਚ ਆ ਪੂਰੀ ਲਓ ਜੀ ਦੋਸਤੋ ਬਾਈ ਨੇ ਦੱਸਿਆ ਸੀ ਨਾ ਤੇ ਪਿਸਟਲ ਕੰਨੀ ਚੱਲ ਗਏ ਬਾਈ ਹੁਣ ਜਿਹੜਾ ਮੇਨ ਬੋਲਾ ਜਿਹਦੇ ਕਰਕੇ ਅੱਜ ਥੋੜਾ ਨਾਮ ਬਣਿਆ ਹਨਾ ਲਓ ਦੋਸਤੋ ਆ ਗਿਆ ਪਿਸਟਲ ਜਿਹਦੀ ਕਾਫੀ ਬੰਦਿਆਂ ਨੂੰ ਵੀਡੀਓ ਦੇ ਸਟਾਰਟਿੰਗ ਤੋਂ ਉਡੀਕ ਹੋਊ ਹਨਾ ਵੀ ਜਿਹੜਾ ਬੁੱਲ ਕਰਕੇ ਆਏ ਆਂਗੇ ਦੇਖ ਗਏ ਉਹ ਤੇ ਬਾਈ ਇਹ ਬੁੱਲ ਦੱਸੋ ਆਪਣੇ ਘਰ ਦੀ ਮੱਝ ਦਾ ਜਾਂ ਕਿਵੇਂ ਗੱਲਬਾਤ ਨਹੀਂ ਵੀਰੇ ਇਹ ਆਪਣੀ ਘਰ ਦੀ ਮੱਝ ਦਾ ਨਹੀਂਗਾ ਠੀਕ ਹੈ ਤੁਹਾਨੂੰ ਦੱਸਿਆ ਵੀ ਮੈਨੂੰ ਇਸ ਲੈਣ ਦੇ ਵਿੱਚ ਆਇਆ ਹੀ ਆ ਠੀਕ ਹੈ 10 ਸਾਲ ਹੋ ਗਏ ਵੀ ਜਾਨੀ ਕਿ ਇਸ ਚੀਜ਼ ਤੇ ਕੰਮ ਕੀਤਾ ਵੀ ਪਹਿਲਾਂ ਜਦੋਂ ਪਤਾ ਨਹੀਂ ਸੀਗਾ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਤੇ ਉਦੋਂ ਰਿਕਾਰਡ ਦਾ ਨਹੀਂ ਪਤਾ ਲੱਗਿਆ ਵੀ ਲੋਕੀ ਰਿਕਾਰਡ ਵਾਲੀ ਚੀਜ਼ ਭਾਲਦੇ ਉਦੋਂ ਜਿਵੇਂ ਸਾਣ ਕੱਟਾ ਸੀਗਾ ਕੋਈ ਵੀ ਤਿਆਰ ਕਰ ਲਿਆ ਪਰ ਮੁੜ ਕੇ ਜਦੋਂ ਪਤਾ ਲੱਗਾ ਵੀ ਰਿਕਾਰਡ ਵਾਲੀ ਚੀਜ਼ ਚਾਹੀਦੀ ਆ ਕਿ ਜੇ ਕਿਸੇ ਨੂੰ ਕੁਝ ਦੇਣਾ ਤੇ ਚੰਗਾ ਦਈਏ ਠੀਕ ਹੈ ਬਾਈ ਫਿਰ ਇਹ ਜਿਹੜਾ ਸਾਣ ਆ ਜੀ ਇਹ ਦੁਲਚੀ ਆਪਣਾ ਸੁਨਮਾਲੀ ਲੈਣ ਦਾ ਸੁਨਮਾਲੀ ਵਸਤੀ ਫਿਰੋਜ਼ਪੁਰ ਇਹ ਲੰਡੇ ਦਾ ਪੁੱਤ ਆ ਠੀਕ ਹੈ ਬਾਈ ਹਾਂ ਲੰਡੇ ਦਾ ਪੁੱਤ ਆ ਲੰਡਾ ਕਾ ਸੂਰਜ ਦਾ ਅੰਕਲ ਪੱਪੂ ਸੰਧੂ ਵਾਲੇ ਦਾ ਪੁੱਤ ਆ ਇਹ ਪੱਪੂ ਸੰਧੂ ਵਾਲੇ ਦਾ ਪੋਤਾ ਹੋ ਗਿਆ ਠੀਕ ਹੈ ਜੀ ਤੇ ਬਾਈ ਇਹਦੀ ਮਾਂ ਦਾ ਦੁੱਧ ਦਾ ਰਿਕਾਰਡ ਕੀ ਸੀ ਇਹਦੀ ਵੀਰੇ ਮਾਂ ਦਾ ਜਿਹੜਾ ਦੁੱਧ ਦਾ ਰਿਕਾਰਡ 21 ਕਿਲੋ 300 ਗ੍ਰਾਮ ਦੁੱਧ ਉਹਨਾਂ ਦੀ ਘਰ ਦਾ ਠੀਕ ਹੈ ਬਾਈ ਹਾਂਜੀ ਮਾਂ ਦੀ ਚੁਆਈ ਨਹੀਂ ਹੋਈ ਵੀ ਭੈਣ ਦੀ ਚੁਆਈ ਹੋਈ ਵੀ ਹੈ ਠੀਕ ਹੈ ਬਾਈ ਮਾਂ ਦਾ ਦੁੱਧ ਚੋਇਆ ਵਾ ਘਰ ਦਾ ਦੁੱਧ ਵੀ ਇੰਨਾ ਚੋਇਆ ਦਾ ਵੀ 21 ਕਿਲੋ ਦੁੱਧ ਇਹਦੀ ਮਾਂ ਦਾ ਘਰ ਦਾ ਹੀ ਚੋਇਆ ਦਾ ਉਸੇ ਮਾਂ ਦੇ ਵਿੱਚੋਂ ਠੀਕ ਹੈ ਬਾਈ ਇਹਦੀਆਂ ਭੈਣਾਂ ਦੀ ਜਿਹੜੀ ਚੁਆਈ ਹੋਈ ਵੀ ਹੈ ਇੱਕ ਦੀ ਇਹਦੀ ਭੈਣ ਦੀ ਚੁਆਈ ਹੋਈ ਵੀ ਹੈ ਫਿਰੋਜ਼ਪੁਰ ਛਾਉਣੀ ਚ 22.5 ਕਿਲੋ ਠੀਕ ਹੈ ਬਾਈ ਹਾਂ ਇਸੇ ਦੀ ਮਾਂ ਦੇ ਪਿੱਟ ਇਸੇ ਦੀ ਮਾਂ ਦੇ ਪਿੱਟੋ ਇਹਦੀ ਭੈਣ ਦੀ ਚਵਾਈ ਹੋਈ ਸੀ ਹਾਂਜੀ 22.5 ਕਿਲੋ ਦੀ ਚਵਾਈ ਹੋਈ ਵੀ ਸੀ ਫਿਰੋਜ਼ਪੁਰ ਛਾਉਣੀ ਫਿਰੋਜ਼ਪੁਰ ਛਾਉਣੀ ਦੇ ਵਿੱਚ ਦੋਸਤੋ ਤੇ ਜਿਵੇਂ ਬਾਈ ਨੇ ਦੱਸਿਆ ਨਾ ਤੇ ਕਿੰਨੀ ਉਮਰ ਹੋ ਗਈ ਬਾਈ ਇਹਦੀ ਜੀ 12 ਸਾਲ ਉਮਰ ਹੋ ਗਈ 12 ਸਾਲ ਦੀ ਉਮਰ ਹੋ ਗਈ ਪੂਰਾ ਜਵਾਨ ਪਿਆ ਹਜੇ ਵੀ ਜੇ ਦੇਖ ਗਏ ਆਪਾਂ 12 ਸਾਲ ਦੀ ਉਮਰ ਆ ਠੰਡਾ ਬਹੁਤ ਆ ਬਾਕੀ ਇਹਦੀਆਂ ਜਿਹੜੀਆਂ ਧੀਆਂ ਜਿਵੇਂ ਜੀ ਸੁਣਨ ਵਾਲਿਆਂ ਤੋਂ ਲੈ ਲਿਆ ਇਹ ਮੈਂ ਆਪਣੇ ਆ ਗਿਆ ਮੱਲਾਂ ਵਾਲੇ ਠੀਕ ਆ ਬਾਈ ਹਾਂਜੀ ਜਿਹੜੇ ਬਾਈਆਂ ਨੇ ਲਿਆ ਸੀ ਰੱਤੋਕੇ ਵਾਲੇ ਬਾਈ ਜੱਗੇ ਹੋਣਾ ਨੇ ਉਹਨਾਂ ਕੋਲ ਜਿਹੜੀਆਂ ਜਿਹੜੀਆਂ ਝੋਟੀਆਂ ਦੂਜੇ ਸੂਏ ਤੀਜੇ ਸੂਏ ਤੱਕ ਮੇਰੇ ਖਿਆਲ ਨਾਲ ਸੂਬਗਾ ਹੋਣਗੀਆਂ ਇਹ ਬਹੁਤ ਚੰਗੇ ਦੁੱਧ ਤੇ ਆ ਤੇ ਬਾਈ ਖੁਰਾਕ ਕੀ ਹੈ ਇਹਦੀ ਇਹਦੀ ਵੀਰੇ ਖੁਰਾਕ ਸੱਚ ਦੱਸੂਗਾ ਵੀ ਜਿੰਨੇ ਪਸ਼ੂ ਆ
गोरा गोरा हो उम्र काफी दसी है सीमन इना लेट क्यों फिर सीमन वीरे अपने को आए तीजा साल ठीक है अपने को आके बने गल वीरे लैन एक ही चली जांदी हां जिहदे कोले लैन है नी ओह लवाओ ठीक है ਕਿਉਂਕਿ ਪੱਪੂ ਇਹ ਸਾਰੀ ਪੱਪੂ ਸੰਧੂ ਵਾਲੀ ਲੈਣ ਠੀਕ ਹੈ ਬਾਈ ਠੀਕ ਹੈ ਪਰ ਜ਼ਿਆਦਾਤਰ ਸਾਡੇ ਇੱਥੇ ਫਿਰੋਜ਼ਪੁਰ ਏਰੀਏ ਚ ਮੋਗਾ ਲਾ ਲਓ ਇੱਥੇ ਹੀ ਲੈਣ ਦੇ ਸਾਨ ਬਹੁਤ ਆ ਤੇ ਝੋਟੀਆਂ ਬਹੁਤ ਆ ਚੁੱਕੀਆਂ ਠੀਕ ਹੈ ਬਾਈ ਇਸ ਕਰਕੇ ਵੀ ਜਿਹੜੀ ਇੱਕ ਲੈਣ ਇੱਕੋ ਹੀ ਲੈਣ ਹੋ ਗਈ ਸਾਰੀ ਠੀਕ ਹੈ ਬਾਈ ਇਸ ਕਰਕੇ ਹੁਣ ਜਿਹੜਾ ਗਾਂ ਕੱਟਾ ਪਾ ਲਿਆ ਵੀ ਅਲੱਗ ਲੈਣ ਦਾ ਠੀਕ ਹੈ ਬਾਈ ਵੀ ਜਿਹੜਾ ਵੀ ਦੁੱਧ ਦੀ ਪੈਦਾਵਾਰ ਆਪਾਂ ਹੋਰ ਅੱਗੇ ਲਿਜਾ ਸਕੀਏ ਬਈ ਤੂੰ ਪਹਿਲਾ ਬੰਦਾ ਦੇਖਿਆ ਜਿਹੜਾ ਕਹਿੰਦਾ ਵੀ ਇਸੇ ਲੈਣ ਦੇ ਪਸ਼ੂ ਆ ਹਨਾ ਤੇ ਨਹੀਂ ਤਾਂ ਅੱਜ ਕੱਲ ਆਏ ਕਹਿੰਦੇ ਵੀ ਸਾਡਾ ਸੀਮਨ ਲਵਾਓ ਜੀ ਵੱਧ ਤੋਂ ਵੱਧ ਨਹੀਂ ਵੀਰੇ ਸੀਮਨ ਦੇਖੋ ਵੀਰੇ ਆਏ ਆ ਵੀ ਜਿਹੜੀ ਕਮਾਈ ਉਹ ਸਾਰੀ ਉਮਰ ਹੀ ਹੋਈ ਜਾਣੀ ਹਾਂ ਬਾਈ ਠੀਕ ਆ ਤੇ ਜੇ ਆਪਾਂ ਵੀ ਕਿਸੇ ਨੂੰ ਚੀਜ਼ ਸੀਮਨ ਵੀ ਵੇਚ ਲਗੇ ਪੈਸੇ ਵੀ ਬਣਾ ਲਗੇ ਤੇ ਚੀਜ਼ ਵੀ ਚੰਗੀ ਦਈਏ ਠੀਕ ਆ ਤੇ ਅਗਲਾ ਜਿਹਦੇ ਨਾਲ ਕੋਈ ਵੀ ਵੀਰਾ ਜਿਹਨੂੰ ਕਿਸੇ ਨੂੰ ਸੁਝਾਅ ਵੀ ਚੰਗਾ ਦਿੱਤਾ ਅਗਲਾ ਬੱਚਿਆਂ ਨੀ ਚੰਗਾ ਆ ਇਹਦਾ ਕੀ ਕਾਰਨ ਹੈਗਾ ਕੀ ਮੰਨਦੇ ਹੋ ਤੁਸੀਂ ਬਾਈ ਜੇਕਰ ਵੀਰੇ ਤੁਸੀਂ ਇਹ ਇੱਕ ਪਾਰਟ ਅਲੱਗ ਬਣਾਓ ਤੇ ਮੈਂ ਕਹਿੰਦਾ ਜ਼ਿਆਦਾ ਬਿਹਤਰ ਆ ਠੀਕ ਆ ਬਾਈ ਹਾਂ ਮੈਂ ਤੁਹਾਨੂੰ ਇਹੀ ਕਹਿਣਾ ਕਿ ਤੁਸੀਂ ਇਹ ਵਿਸ਼ਾ ਮੇਰੇ ਨਾਲ ਅਲੱਗ ਸਿੱਧਾ ਹੀ ਇੰਨਾ ਕੁ ਅੱਡ ਪਾਓ ਲਓ ਵੀ ਦੋਸਤੋ ਇਹ ਵੀਡੀਓ ਬਾਈ ਨੇ ਜਿਵੇਂ ਕਿਹਾ ਨਾ ਵੀ ਸਪੈਸ਼ਲ ਬਣਾਵਾਂਗੇ ਆਪਾਂ ਅੱਡ ਵਿੱਚ ਪਾਵਾਂਗੇ ਤੇ ਨਾਲ ਹੁਣ ਬਾਈ ਬੁੱਲ ਥੋੜਾ ਤੁਰੋਂਗੇ ਆਪਾਂ ਤੁਰਦੇ ਦੀ ਵੀਡੀਓ ਪਾ ਦਿੰਨੇ ਆ ਦੂਜੀ ਵੀਡੀਓ ਜ਼ਰੂਰ ਦੇਖਿਓ ਬਾਈ ਜਿਵੇਂ ਬਾਈ ਨੇ ਦੱਸਿਆ ਜਿਹੜੀਆਂ ਅੱਜ ਕੱਲ੍ਹ ਕਾਫੀ ਜ਼ਿਆਦਾ ਦਿੱਕਤਾਂ ਹਨਾ ਵੀ ਯਾਰ ਆਹ ਬੁੱਲ ਦਾ ਭਰਿਆ ਸੀ ਟੀਕਾ ਜਾਂ ਨੀਲੀ ਰਾਵੀ ਤੇ ਲਾ ਲਓ ਚਾਹੇ ਮੋਹਰਾ ਤੇ ਲਾ ਦਿਓ ਕਿਸੇ ਵੀ ਨਸਲ ਤੇ ਵੀ ਯਾਰ ਬੱਚਾ ਨਹੀਂ ਚੰਗਾ ਯਾਰ ਰਿਜ਼ਲਟ ਨਹੀਂ ਵਧੀਆ ਆ ਇਹ ਸਾਨੂੰ ਵੀ ਕਾਫੀ ਸੁਣਨ ਨੂੰ ਮਿਲਦਾ ਜਦੋਂ ਏ ਆਈ ਦਾ ਕੰਮ ਕਰਦੇ ਹਾਂਗੇ ਇਸੇ ਲਈ ਅੱਜ ਬਾਈ ਬੁੱਲ ਵਾਲੇ ਨਾਲ ਆਪਾਂ ਗੱਲਬਾਤ ਕਰੀ ਆ ਤੇ ਤੁਸੀਂ ਹੁਣ ਪਿਸਟਲ ਨੂੰ ਦੇਖ ਸਕਦੇ ਜਮਾਂ ਉਮਰ 11 ਸਾਲ ਦੱਸੀ ਸੀ ਬਾਈ ਹਨਾ 12 ਸਾਲ ਦੀ ਉਮਰ ਹੈਗੀ ਤੇ ਹਜੇ ਵੀ ਪੂਰਾ ਜਵਾਨ ਪਿਆ ਸਾਰਾ ਦੇਖ ਸਕਦੇ ਹੋ ਟੈਸਟੀਕਲ ਵਗੈਰਾ ਮਾਂ ਦੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਦੱਸਿਆ ਠੰਡਾ ਬਹੁਤ ਆ ਬਾਈ ਬੁੱਲ ਹਨਾ ਇੱਕ ਚੀਜ਼ ਹੋਰ ਆ ਬਾਈ ਜ਼ਿਆਦਾਤਰ ਤੁਹਾਨੂੰ ਕਿਹੜੀ ਨਸਲ ਲੱਗਦੀ ਹੈ ਠੰਡੀ ਵੱਧ ਹੈ ਨੀਲੀ ਰਾਵੀ ਜਾਂ ਮੋਰਾ ਜੇ ਆਪਾਂ ਸੀਮਣਾ ਦੀ ਗੱਲ ਕਰੀਏ ਤੇ ਸੀਮਣ ਦਾ ਕੀ ਰੇਟ ਚੱਲਦਾ ਹੈਗਾ ਇਹਦਾ ਸੀਮਣ ਵੀਰੇ 250 ਰੁਪਈਆ ਰੇਟ ਆ ਜੇ ਕੋਈ ਜ਼ਿਆਦਾ ਸੀਮਨ ਲੈਂਦਾ ਤੇ ਫਿਰ ਉਸ ਹਿਸਾਬ ਨਾਲ ਵੀ ਲੈਸ ਕਰ ਦੇਈਦਾ ਠੀਕ ਆ ਬਾਈ ਹਾਂਜੀ ਜੇ ਕਿਸੇ ਨੇ ਇੱਕ ਦੋ ਸਕਾ ਲੈਣੇ ਆ ਤੇ ਉਹ 250 ਰੁਪਏ ਨੂੰ ਠੀਕ ਆ ਜੇ ਕੋਈ ਜ਼ਿਆਦਾ ਮਾਤਰਾ ਚ ਲੈਂਦਾ ਤੇ ਫਿਰ ਉਹਨੂੰ ਉਸ ਹਿਸਾਬ ਨਾਲ ਲੈਸ ਕਰ ਲਓ ਵੀ ਦੋਸਤੋ ਤੁਹਾਨੂੰ ਇਹ ਵੀ ਦੱਸ ਦਿੰਨੇ ਆਪਾਂ ਹਨਾ ਮੇਰੇ ਨਾਲ ਜ਼ਿਆਦਾਤਰ ਭਰਾ ਮਾਨਸਾ ਸੰਗਰੂਰ ਵਾਲੇ ਜੁੜੇ ਹੋਏ ਆ
ਤੇ ਵੀ ਆਪਾਂ ਮਾਨਸਾ ਦੇ ਵਿੱਚ ਇਹਦੇ ਸੀਮਣ ਲੈ ਕੇ ਚੱਲਾਂਗੇ ਬਾਈ ਤੋਂ ਜੇ ਕਿਸੇ ਨੇ AI ਕਰਵਾਉਣੀ ਹੁੰਦੀ ਹੈ ਉਹ ਵੀ ਸੰਪਰਕ ਕਰ ਸਕਦਾ ਨਾਲ ਹੀ ਬਾਈ ਤੁਹਾਡਾ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਜੇ ਕਿਸੇ ਭਰਾ ਨੇ ਡਾਕਟਰ ਵੀਰ ਨੇ ਲੈ ਕੇ ਜਾਣੇ ਹੁੰਦੇ ਸੀਮਣ ਤਾਂ ਤੁਹਾਡੇ ਤੋਂ ਸੀਮਣ ਲਿਜਾ ਸਕਦਾ ਮੇਰਾ ਵੀਰੇ ਨੰਬਰ ਹੈਗਾ 9781 10483 ਬਾਈ ਦਾ ਨੰਬਰ ਹੈ ਤੇ ਪਿੰਡ ਦੀ ਲੋਕੇਸ਼ਨ ਬਾਈ ਦੱਸ ਦਿਓ ਵੀ ਕਿਹੜੇ ਏਰੀਏ ਦੇ ਵਿੱਚ ਕਿੱਥੋਂ ਦੀ ਆਉਣਾ ਪੈਂਦਾ ਸਾਰਾ ਮੇਨ ਹਾਈਵੇ ਜਿਹੜਾ ਅੰਮ੍ਰਿਤਸਰ ਤੋਂ ਬਠਿੰਡਾ ਹਾਈਵੇ ਮੇਨ ਠੀਕ ਹੈ ਬਾਈ ਇੱਥੋਂ ਮੇਰੇ ਘਰ ਤੋਂ ਸਿਰਫ 5 ਕਿਲੋਮੀਟਰ ਦੂਰ ਹੈ ਠੀਕ ਹੈ ਬਾਈ ਹਾਂਜੀ ਜੀਰੇ ਤੋਂ ਅਗਲੀ ਸਾਈਡ ਆਪਣਾ ਪਿੰਡ ਹੈ ਜੀਰਾ ਤੇ ਮਖੂ ਦੇ ਵਿਚਾਲੇ ਪੈ ਜਾਂਦਾ ਜੀਰਾ ਤੇ ਮਖੂ ਦੇ ਵਿਚਾਲੇ ਬਾਈ ਦਾ ਪਿੰਡ ਹੈ ਬਾਈ ਜੀ ਜੀਰੇ ਤੋਂ ਕਿੰਨੇ ਕੁ ਕਿਲੋਮੀਟਰ ਹੈ ਜੀਰੇ ਤੋਂ ਜੀ 11 ਕਿਲੋਮੀਟਰ ਨੈਟ ਮੇਰਾ ਘਰ ਠੀਕ ਹੈ ਬਾਈ ਲਓ ਦੋਸਤੋ ਇਹ ਸੀ ਪਿਸਟਲ ਬੁੱਲ ਜਿਹਦੀ ਆਪਾਂ ਬਾਈ ਦੇ ਨਾਲ ਗੱਲ ਕਰੀ ਸੀ ਹਨਾ ਕਾਫੀ ਚੰਗਾ ਬੁੱਲ ਹੈ ਤੁਸੀਂ ਦੇਖ ਸਕਦੇ ਹੋ ਠੰਡਾ ਵੀ ਹੈ ਤੇ ਉਮਰ 12 ਸਾਲ ਹੋ ਗਈ ਪੂਰਾ ਹਜੇ ਵੀ ਜੇ ਕਹੀਏ ਨਾ ਆਪਾਂ ਜਵਾਨ ਪਿਆਗਾ ਤੇ ਸੀਮਣ ਬਾਈ ਨੇ ਦੱਸਿਆ ਹੁਣ ਤੱਕ 6000 ਡੋਜ਼ ਇਹਦੀ ਲੱਗ ਗਈ ਤੇ ਬੱਚਿਆਂ ਦੇ ਰਿਕਾਰਡ ਤੁਸੀਂ ਦੇਖਦੇ ਰਹਿੰਦੇ ਹੋ ਬਾਈ ਕੋਈ ਫੇਸਬੁੱਕ ਤੇ ਪੇਜ ਹੈਗਾ ਆਪਣਾ ਹਾਂਜੀ ਵੀਰੇ ਫੇਸ ਗੋਰਾ ਟੰਡ ਤੇ ਆਪਾਂ ਫੇਸਬੁੱਕ ਪੇਜ ਦਾ ਸਕਰੀਨਸ਼ਾਟ ਵੀ ਲਾਵਾਂਗੇ ਬਾਈ ਨਾਲ ਹੀ ਪੇਜ ਫੋਲੋ ਕਰਿਓ ਬਾਈ ਦਾ ਤੇ ਆਪਣਾ ਵੀ ਯੂਟਿਊਬ ਤੇ ਚੈਨਲ ਹੈਗਾ ਡੀਆਰ ਰੰਧਾਵਾ ਫਾਰਮ ਪੀਵੀ 31 ਤੇ ਰੰਧਾਵਾ ਫਾਰਮ ਪੀਵੀ 31 ਦੇ ਨਾਂ ਤੇ ਆਪਣਾ ਜਿਵੇਂ ਫੇਸਬੁੱਕ ਪੇਜ ਹੈਗਾ ਉਹ ਵੀ ਦੋਨੇ ਤੁਸੀਂ ਉਹ ਕਰ ਸਕਦੇ ਹੋਗੇ ਤੇ ਨਾਲ ਹੀ ਬਾਈ ਦਾ ਪੇਜ ਫੋਲੋ ਕਰਿਓ ਤਾਂ ਕਿ ਕੋਈ ਜਾਣਕਾਰੀ ਮਿਲਦੀ ਹੈਗੀ ਬਾਈ ਵਰਗੇ ਕੋਈ ਹੋਰ ਫੁੱਲ ਲਿਆਉਂਦੇ ਜਾਂ ਇਹਦੇ ਬਾਰੇ ਕੋਈ ਜਾਣਕਾਰੀ ਹੁੰਦੀ ਹੈ ਪਾਉਂਦੇ ਰਹਿੰਦੇ ਆ ਜਾਣਕਾਰੀ ਸਾਰੀ ਪਾਉਂਦੀ ਹੋਵੋਗੇ ਬਾਈ ਹਨਾ ਹਾਂਜੀ ਧੰਨਵਾਦ ਦੋਸਤੋ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਸ਼ੁਕਰੀਆ ਜੀ